ਉਂਗਲੀ ਫੜਾਵੇ, ਕਹਿੰਦੇ ਫਿਰ ਆਪਾਂ ਹੱਥੀ ਛੱਡਦੇ, ਸੋ ਇਸ ਲਈ ਹੁਣ ਕਬਜ਼ਾ ਹੋ ਗਿਆ, ਹੁਣ ਮੈਂ ਤਾਂ ਨਹੀਂ ਜਾਣ ਵਾਲਾ ਇੱਥੋਂ। ਇਹ ਸੈਸ਼ਨ ਬੜੀ ਦੂਰ ਤੱਕ ਦਾ ਸਫ਼ਰ ਤੁਹਾਨੂੰ ਕਰਾਏਗਾ। ਇਸ ਵਕਤ ਆਪਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਬੈਠੇ ਹਾਂ, ਪਰ ਮੈਂ ਤੁਹਾਨੂੰ ਸਾਂਝੇ ਪੰਜਾਬ ਦੀ ਪਹਿਲੀ ਰਾਜਧਾਨੀ ਲਾਹੌਰ ਤੱਕ ਲੈ ਕੇ ਜਾਵਾਂ, ਸਾਂਝਾ ਪੰਜਾਬ। ਕਹਿੰਦੇ ਕਿ ਤਾਰਾਂ ਦੀਵਾਰਾਂ ਹੱਦਾਂ ਸਰਹੱਦਾਂ ਹਵਾ ਨੂੰ ਨਹੀਂ ਰੋਕ ਸਕਦੀਆਂ, ਪੰਛੀ ਨੂੰ ਨਹੀਂ ਰੋਕ ਸਕਦੀਆਂ, ਅਤੇ ਸ਼ਬਦਾਂ ਗੀਤਾਂ ਵਾਰਾਂ ਕਵਿਤਾਵਾਂ ਨੂੰ ਨਹੀਂ ਰੋਕ ਸਕਦੀਆਂ। ਸੋ ਅੱਜ ਤਿੰਨ ਕਵੀ ਮੇਰੇ ਨਾਲ ਨੇ, ਜਿਨ੍ਹਾਂ ਦੇ ਵਿੱਚੋਂ ਸਾਡੇ ਯਤਿਨ ਸਲਵਾਨ ਜੀ, ਜਿਹੜੇ ਕਮਾਲ ਹੈ ਕਿ ਵਕੀਲ ਦੇ ਨਾਲ ਨਾਲ ਕਵੀ, ਸੋ ਇਸੇ ਤਰ੍ਹਾਂ ਲੀਲੀ ਸਵਰਨ ਜੀ, ਜਿਹੜੀ ਖੁਦ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਭੰਡਾਰ ਨੇ ਸੋਨੇ ਦੇ ਵਿੱਚ, ਕਿੰਨੇ ਹੀਰੇ ਜਿਹੜੇ ਨੇ। ਸੋ ਉੱਧਰੋਂ ਉਸ ਤੋਂ ਬਾਅਦ ਐਮੀ ਸਿੰਘ ਮੇਰੇ ਖਿਆਲ ਹਾਲ ਹੀ 'ਚ ਲਾਹੌਰ ਦਾ ਗੇੜਾ ਵੀ ਲਾ ਕੇ ਆਏ ਨੇ। ਸੋ ਇਹ ਤਿੰਨਾਂ ਦਾ ਮੈਂ ਸਵਾਗਤ ਕਰਦਾ, ਅਤੇ ਤੁਹਾਤੋਂ ਤਾੜੀਆਂ ਦੀ ਉਮੀਦ ਨਾਲ ਚਾਹੁੰਦਾ ਕਿ ਆਪਾਂ ਸੈਸ਼ਨ ਸ਼ੁਰੂ ਕਰੀਏ। ਮੈਂ ਕਹਾਂ ਕਿ ਮੈਂ ਸਭ ਤੋਂ ਛੋਟੀ ਗੁਆਕੜੀ ਲੀਲੀ ਸਵਰਨ ਜੀ ਤੋਂ ਸੈਸ਼ਨ ਸ਼ੁਰੂ ਕਰ ਦਿੰਦਾ। ਮੇਰਾ ਸੋਹਣਾ ਵੀਰ ਲੀਲੀ ਜੀ, ਜਦੋਂ ਗੱਲ ਸਾਂਝੇ ਪੰਜਾਬ ਦੀ ਆਉਂਦੀ ਹੈ ਜੀ, ਤਾਂ ਕਿਹਾ ਜਾਂਦਾ ਕਿ ਉਹ ਤਾਂ ਜੰਮੇ ਹੀ ਨਹੀਂ ਜਿਹਨੇ ਕਦੇ ਲਾਹੌਰ ਨਹੀਂ ਵੇਖਿਆ ਜੀ। ਸੋ ਚਾਹੇ ਗੀਤਾਂ ਹੋਣ, ਚਾਹੇ ਸਾਡੀਆਂ ਫਿਲਮਾਂ ਹੋਣ, ਅਤੇ ਚਾਹੇ ਕਵਿਤਾਵਾਂ ਹੋਣ, ਉਸ ਦੇ ਵਿੱਚ ਉਹ ਰੰਗ, ਉਹ ਮਹਿਕ ਅੱਜ ਵੀ ਬਰਕਰਾਰ ਹੈ ਜਿਹੜੀ ਸਾਂਝੇ ਪੰਜਾਬ ਦੀ ਸੀ। ਕਿਉਂਕਿ ਨਾ ਸਾਡਾ ਸੱਭਿਆਚਾਰ ਬਦਲਿਆ, ਨਾ ਸਾਡੇ ਗੀਤ ਬਦਲੇ, ਨਾ ਰੰਗ ਬਦਲੇ, ਸਿਰਫ ਗੱਬੇ ਦੀਵਾਰ ਹੋ ਗਈ, ਉਹ ਦੀਵਾਰ ਸਾਡੀ ਚੀਜ਼ਾਂ ਤੋੜ ਨਹੀਂ ਸਕਦੀ। ਸੋ ਜਦੋਂ ਤੁਸੀਂ ਸਾਂਝੇ ਪੰਜਾਬ ਦੀ ਬਾਤ ਪਾਉਂਦੇ ਹੋ, ਤਦੋਂ ਲਿਖਤ ਲਿਖਣ ਲੱਗੇ, ਉਹ ਕਲਮ ਚਲਾਉਣ ਲੱਗੇ, ਜਹਿਨ 'ਚ ਕੀ ਆਉਂਦਾ ਉਹ ਜਾਣਨਾ ਚਾਹੁੰਦਾ। ਬਹੁਤ ਮਿਹਰਬਾਨੀ ਦੀਪਕ, ਮੇਰੇ ਛੋਟੇ ਵੀਰ, ਬਹੁਤ ਅੱਛਾ ਲੱਗ ਰਿਹਾ ਇਹਨੇ ਖੂਬਸੂਰਤ ਪੈਨਲ ਦੇ ਨਾਲ ਗੱਲ ਕਰਕੇ, ਅਤੇ ਮੈਂ ਨਿਮਾਣੀ ਨੂੰ ਇਹ ਤੁਸੀਂ ਮੌਕਾ ਦਿੱਤਾ ਹੈ। ਸਿੱਖ ਲੈਂਸ ਦੀ ਮੈਂ ਸ਼ੁਕਰਗੁਜ਼ਾਰ ਹਾਂ, ਉਹ ਜਸਵੀ ਲਾਈਕ ਮਾਈ ਸਨ, ਥੈਂਕ ਯੂ। ਅਤੇ ਗੱਲ ਇੱਦਾਂ ਵੇ, ਜਦੋਂ ਮੈਂ ਨਿੱਕੀ ਸੀ ਅਤੇ ਮੇਰੇ ਫਾਦਰ ਹਮੇਸ਼ਾ ਕਹਿੰਦੇ ਸਨ, ਜਦੋਂ ਮੈਂ ਲਾਹੌਰ ਸੀਗਾ, ਜਦੋਂ ਮੈਂ ਵਾਸੂ ਪਿੰਡ ਸੀਗਾ, ਮੇਰੀ ਪਿੰਡ ਦੀ ਨਹਿਰ ਇੱਦਾਂ ਸੀਗੀ, ਮੈਂ ਕਰਦਾ ਸੀ, ਤਾਂ ਉਹਨਾਂ ਦੀਆਂ ਅੱਖਾਂ ਭੇਜ ਜਾਂਦੀਆਂ ਸਨ, ਹੈ ਨਾ। ਫਿਰ ਮੇਰਾ ਵਿਆਹ ਹੋਇਆ ਅਤੇ ਉਸ ਤੋਂ ਪਹਿਲੇ ਮੇਰੀ ਨਾਨੀ ਸੁਣਾਉਂਦੀ ਸੀ ਮਿੱਠੀ ਮਿੱਠੀ ਪੋਠੋਹਾਰੀ ਵਿੱਚ, ਕਿਉਂਕਿ ਉਹ ਪਿੰਡੀ ਵਿੱਚ ਵੱਡੀ ਹੋਈ ਸੀ। ਉਹ ਕਹਿੰਦੀ ਸੀ, ਤੂੰ ਸੱਚ ਦੱਸ ਖਾਂ ਵੇ ਜੋਗੀ, ਮਿਲਣ ਹੋਸੀ ਕਿ ਨਾ ਹੋਸੀ, ਅੱਧੀ ਰਾਤੀ ਚਮਕਣ ਤਾਰੇ, ਜੁਦਾਈ ਵਾਲੇ ਤੀਰ ਕਿਸ ਮਾਰੇ। ਅਤੇ ਜਦੋਂ ਉਹ ਇਹੋ ਜਿਹੀਆਂ ਗੱਲਾਂ ਕਰਦੀ ਸੀ, ਨਾਲ ਨਾਲ ਉਹ ਆਪਣਾ ਸਾਲਨ ਭੁੰਨਦੀ ਸੀ, ਅਤੇ ਮੈਂ ਨਿੱਚੇ ਰਸੋਈ 'ਚ ਬੈਠੀ ਚੌਕੇ 'ਚ ਨਾ ਪੀੜੇ 'ਤੇ, ਅਤੇ ਮੈਨੂੰ ਕਹਿੰਦੇ ਸਨ, ਇਹ ਜਿਹੜਾ ਜ਼ਾਇਕਾ ਹੈ ਨਾ ਮੇਰੇ ਸਾਲਣ ਦਾ, ਮੇਰੀ ਸਹੇਲੀ ਮਹਿਮੂਦਾਂ ਵਰਗਾ ਹੈ, ਮਹਿਮੂਦਾਂ ਦਾ ਸਾਲਣ ਗਿਆ, ਤੂੰ ਦੇਖ ਪੁੱਤਰ, ਮੈਨੂੰ ਕਹਿੰਦੇ ਹੁੰਦੇ ਸਨ, ਅਤੇ ਆਈ ਵੁੱਡ ਟੇਸਟ ਇਨ ਐਂਡ ਆਈ ਵਾਜ਼ ਓ ਮਾਈ ਗੋਡ ਦਿਸ ਇਜ਼ ਰੀਅਲੀ ਗੁੱਡ। ਅਤੇ ਉਹੋ ਜਿਹੀਆਂ ਗੱਲਾਂ, ਅਤੇ ਫਿਰ ਜਦੋਂ ਮੇਰਾ ਵਿਆਹ ਹੋਇਆ ਅਤੇ ਮੇਰੀ ਮਦਰ ਇਨ ਲੋ ਬੀ ਜੀ ਸੀਗੇ ਗੁਜਰਾਂਵਾਲਾ ਦੇ, ਅਤੇ ਮੇਰੇ ਜਿਹੜੇ ਸਹੁਰਾ ਸਾਹਿਬ ਸੀ ਉਹ ਸੀ ਪਿੰਡੀ ਪੱਟੀਆਂ ਦੇ, ਜਿੱਥੋਂ ਦਾ ਦੁੱਲਾ ਭੱਠੀ ਸੀ, ਹੈ ਨਾ, ਦੁੱਲੇ ਦੀ ਧੀ ਵਿਆਹੀ ਹੋਏ, ਸ਼ੇਰ ਸ਼ੱਕਰ ਪਾਈ ਹੋਏ, ਅਤੇ ਦੌਰ ਜੀ ਨੇ ਕਿਹਾ, ਓਏ ਮੈਂ ਤਾਂ ਦੁੱਲੇ ਭੱਠੀ ਦੇ ਪਿੰਡ ਦਾ ਵਾਂ ਬੀਬਾ। ਐਂਡ ਮਾਈ ਮਦਰ ਇਨ ਲੋ ਯੂਸ ਟੂ ਸੇ, ਤੈਨੂੰ ਮੈਂ ਇੱਕ ਨਾ ਸੀਕਰੇਟ ਦੱਸਦੀ ਹਾਂ, ਉਹ ਕਮ ਔਨ, ਵੈਨ ਯੋਰ ਮਦਰ ਇਨ ਲੋ ਇਜ਼ ਵਿਦ ਯੂ ਇਨ ਦ ਕਿਚਨ, ਅਤੇ ਤੁਸੀਂ ਦੋਨੋਂ ਜਣੇ ਜਾਂ ਦੁੱਧ ਉਬਾਲ ਰਹੇ ਹੋ ਜਾਂ ਕੁਛ ਤੜਕਾ ਲਾ ਰਹੇ ਹੋ ਜਤਿਨ ਜੀ, ਅਤੇ ਮੈਨੂੰ ਬੀਜੀ ਨੇ ਕਹਿਣਾ, ਇੱਕ ਤੈਨੂੰ ਮੈਂ ਗੱਲ ਦੱਸਾਂ ਪੁੱਤਰ, ਕਿਸੇ ਨੂੰ ਨਾ ਦੱਸੀ, ਮੈਂ ਤੇਰੇ ਨਾਲ ਦਾਰ ਜੀ ਨੂੰ ਵੀ ਨਹੀਂ ਦੱਸੀ, ਸੋ ਦਿਸ ਇਜ਼ ਮਾਈਟੀ ਬਿਗ ਯਾਰ, ਸ਼ੀ ਗੋਨਾ ਟੈਲ ਮੀ ਸਮਥਿੰਗ ਰੀਅਲੀ ਬਿਗ। ਅਤੇ ਮੈਂ ਕਹਿਣਾ, ਹਾਂਜੀ ਹਾਂਜੀ ਬੀਜੀ, ਮੈਂ ਜਲਦੀ ਨਾਲ ਆਪਣਾ ਨਾ ਚੁੰਨੀ ਚਾਨੀ ਠੀਕ ਕਰਕੇ ਅਤੇ ਕੰਨ ਧਰਨਾ। ਅਤੇ ਦੀਪਕ, ਉਹਨਾਂ ਨੇ ਮੈਨੂੰ ਦੱਸਿਆ, ਜਦੋਂ ਵੰਡ ਹੋਈ ਅਤੇ ਲੋਕ ਭੱਜੇ,
ਤੇ ਇੱਕ ਮੇਰੇ ਜਿਹੜੇ ਜੇਠ ਜੀ ਹੈ ਉਹ ਇੱਦਾਂ ਤੁਰਦੇ ਸਨ ਤੇ ਮੇਰੀ ਇੱਕ ਨਨਾਣ ਗੋਦੀ ਵਿੱਚ ਸੀ ਉਹਨਾਂ ਦੇ ਤੇ ਕਹਿੰਦੇ ਭੱਜ ਪਏ ਤੇ ਸਡਨਲੀ ਕੀ ਹੋਇਆ ਮੇਰੇ ਸਹੁਰਾ ਸਾਹਿਬ ਕਹਿੰਦੇ ਰੁਕੇ, ਮਤਲਬ ਮੈਂ ਮਦਰ ਇਨ ਲਾਅ ਫਾਦਰ ਇਨ ਲਾਅ, ਉਹ ਰੁਕੇ ਉਸ ਭੀੜ ਵਿੱਚ ਤੇ ਉਹਨਾਂ ਨੇ ਕਿਹਾ ਪੁੱਤਰ ਕੁੰਡ ਚੱਕ ਲੈ, ਮੈਂ ਤੇ ਪਤਾ ਹੀ ਨਹੀਂ ਤੂੰ ਕਿਹੋ ਜਿਹੀ ਲੱਗਦੀ ਹੈ, ਮੈਂ ਆਪਣੇ ਪੁੱਤਰ ਨੂੰ ਜਾ ਕੇ ਕੀ ਜਵਾਬ ਦੇਵਾਂਗਾ, ਉਹ ਤੇ ਇੰਡੀਆ ਵਿੱਚ ਹੈਗਾ, ਉਸ ਵੇਲੇ ਜੁਆਇੰਟ ਸੀ ਕੋਈ ਇੰਡੀਆ ਤਾਂ ਹੈ ਨਹੀਂ ਸੀ, ਤੇ ਉਹ ਸ਼ਿਮਲਾ ਕੰਮ ਕਰਦੇ ਸਰਦਾਰ ਜੀ, ਮੈਂ ਆਪਣੇ ਬੇਟੇ ਨੂੰ ਕੀ ਕਹਾਂਗਾ, ਮੈਂ ਇਹਦੀ ਨੂੰਹ ਵਹੁਟੀ ਲੈ ਕੇ ਨਹੀਂ ਆਇਆ, ਤੇ ਬੀਜੀ ਨੇ ਕਿਹਾ ਮੈਂ ਕੁੰਡ ਚੁੱਕਤਾ, ਤੇ ਦਿਨਦਾਰ ਜੀ ਵਿਨ ਦੇ ਰੀਚ ਫਿਰੋਜ਼ਪੁਰ ਰੇਲਵੇ ਸਟੇਸ਼ਨ, ਉਹਨਾਂ ਨੇ ਕਿਹਾ ਪੁੱਤ ਕੁੰਡ ਪਾ ਲੈ, ਸੋ ਦੀਜ਼ ਆਰ ਦ ਸਟੋਰੀਜ਼ ਆਈ ਗਰੂ ਅਪ ਵਿਦ, ਅਤੇ ਮੇਰੇ ਵਾਸਤੇ ਸਾਂਝੇ ਪੰਜਾਬ ਵਿੱਚ ਇੱਕ ਅਲੱਗ ਹੀ ਕੁਛ ਮੇਰੀ ਪਿਓ ਦੇ ਵਤਨ ਦੀ ਖਿੱਚ ਹੈ, ਉਹ ਮੈਨੂੰ ਪੈਂਦੀ ਹੈ ਫੌਜੀ ਨਾਲ, ਜਦੋਂ ਮੈਂ ਹੁਸੈਨੀ ਵਾਲਾ ਬਾਰਡਰ ਪੋਸਟਡ ਸੀਗੇ ਅਸੀਂ ਫਿਰੋਜ਼ਪੁਰ, ਅਤੇ ਮੇਰੇ ਫਾਦਰ ਆਏ ਅਤੇ ਉੱਥੇ ਖੜ੍ਹੇ ਹੋਏ, ਅਤੇ ਉੱਥੇ ਇੱਕ ਰੇਂਜਰ ਦੀ ਵਾਟੀ ਸੀ, ਯੂ ਨੋ ਯੰਗ ਗਰਲ ਨਿਊ ਬ੍ਰਾਈਡ ਆਫ ਦ ਪਾਕਿਸਤਾਨੀ ਰੇਂਜਰਸ, ਅਤੇ ਮੇਰੇ ਫਾਦਰ ਉਹਨਾਂ ਗਾਰਡਨ, ਪੁੱਤਰ ਤੁਸੀਂ ਕਿੱਥੋਂ ਦੇ ਹੋ, ਤੁਸੀਂ ਕਿੱਥੋਂ ਦੇ ਹੋ, ਅਤੇ ਉਹ ਕਹਿੰਦੀ ਜੀ ਮੈਂ ਤਾਂ ਉੱਥੋਂ ਗੁਜਰਾਤ ਦੀ ਹਾਂ, ਮੇਰਾ ਪਿੰਡ ਵਾਸੂ ਹੈ, ਦੈਟ ਵਾਜ਼ ਮਾਈ ਫਾਦਰਸ ਵਿਲੇਜ, ਸੋ ਇਟ ਹੀ ਵਾਜ਼ ਜਸਟ ਕਾਈਂਡ ਆਫ ਕ੍ਰਾਈਂਗ ਐਂਡ ਹੀ ਸੈਡ ਇਟ ਟੇਡੀ ਜੀ ਲਾਈਨ ਹੈ, ਮੈਨੂੰ ਕ੍ਰੋਸ ਵੀ ਨਹੀਂ ਕਰ ਸਕਦਾ, ਸੋ ਦੈਟ ਆਲ ਆਫ ਦੈਟ। ਅਤੇ ਮੈਂ ਹੁਣ ਐਮੀ ਸਿੰਘ ਵਰਗ ਨਹੀਂ ਆਉਣਾ ਚਾਹੁੰਦਾ, ਬਹੁਤ ਸ਼ੁਕਰੀਆ ਲੀਲੀ ਜੀ, ਤੁਸੀਂ ਬੜੇ ਸੌਖੇ ਅੰਦਾਜ਼ 'ਚ ਸਮਝਾਇਆ ਕਿ ਕਿੱਥੋਂ ਖਿਆਲ ਆਉਂਦੇ ਨੇ ਉਹ। ਜੀ ਐਮੀ ਸਿੰਘ ਜੀ, ਜਦੋਂ ਸਾਗ ਮਿਕਸੀ 'ਚ ਬਣਿਆ ਹੋਵੇ ਨਾ, ਉਹਦਾ ਸਵਾਦ ਉਹ ਨਹੀਂ ਹੁੰਦਾ, ਅਤੇ ਜੇਕਰ ਉਹ ਘੋਟਿਆ ਹੋਵੇ ਚਾਟੀ 'ਚ ਪਾ ਕੇ ਫਿਰ ਉਹਦਾ ਸਵਾਦ ਵੱਖਰਾ ਹੁੰਦਾ। ਜਦੋਂ ਲੇਖਣੀ ਖਿਆਲੀ ਪਲਾਉ 'ਚ ਹੋਵੇ ਫਿਰ ਉਹ ਲੇਖਣੀ ਨਹੀਂ ਹੁੰਦੀ, ਪਰ ਜਦੋਂ ਹਕੀਕਤ ਹੰਢਾ ਕੇ ਆਈ ਹੋਵੇ ਫਿਰ ਉਹਦਾ ਸਵਾਦ ਵੱਖਰਾ ਹੁੰਦਾ। ਤੁਸੀਂ ਹਾਲੀ 'ਚ ਜਾ ਕੇ ਆਏ ਹੋ, ਮੇਰੇ ਕੁਝ ਦੋਸਤ ਨੇ ਜਿਨ੍ਹਾਂ ਦੀਆਂ ਦਾਦੀਆਂ, ਜਿਵੇਂ ਲੀਲੀ ਸਵਰਨ ਜੀ ਸੁਣਾ ਰਹੇ ਨੇ, ਉਹ ਅਕਸਰ ਦੱਸਦੇ ਨੇ ਕਿ ਹੁਣ ਉਹ ਬਜ਼ੁਰਗ ਹੋ ਗਏ ਅਤੇ ਉਹ ਜਦੋਂ ਗੱਲ ਕਰਦੇ ਨੇ ਤਾਂ ਸਾਨੂੰ ਉੱਥੇ ਦੇ ਨਾਵਾਂ ਨਾਲ ਹਾਕ ਮਾਰਦੇ ਨੇ। ਉਹਨਾਂ ਨੂੰ ਸੁਪਨੇ ਵੀ ਪਾਕਿਸਤਾਨ ਦੇ ਆਪਣੇ ਘਰਾਂ ਦੇ ਆਉਂਦੇ ਨੇ, ਉਰੇ ਦੇ ਕਦੇ ਸੁਪਨੇ ਨਹੀਂ ਆਏ। ਸੋ ਤੁਹਾਡੀ ਉੱਥੇ ਦੀ ਜਰਨੀ ਅਤੇ ਤੁਹਾਡੀ ਲਿਖਤ ਦੇ ਵਿੱਚੋਂ ਸ਼ਮੂਲੀਅਤ ਕਿਵੇਂ ਆਉਂਦੀ ਹੈ ਮੀ ਸਿੰਘ? ਮੈਂ ਤੁਹਾਡੇ ਸਾਹਮਣੇ ਇੱਥੇ ਬੈਠੀ ਹਾਂ ਪਰ ਮੇਰਾ ਦਿਲ ਅਤੇ ਮੇਰੀ ਰੂਹ ਲਾਹੌਰ ਵਿੱਚ ਹੈ, ਮੈਂ ਹਾਲੇ ਤੱਕ ਵਾਪਸ ਨਹੀਂ ਆਈ। ਨਹੀਂ ਆਈ? ਮੈਨੂੰ 2 ਦਿਨ ਹੋ ਗਏ ਵਾਪਸ ਆਏ ਨੂੰ। ਪਹਿਲਾ ਦਿਨ ਮੈਂ ਆਪਣੇ ਆਪ ਨੂੰ ਜ਼ਬਰਦਸਤੀ ਸਵਾਈ ਰੱਖਿਆ ਕਿ ਵੀ ਉੱਠਣਾ, ਜੇ ਤੂੰ ਉੱਠ ਗਈ ਤਾਂ ਤੈਨੂੰ ਅਹਿਸਾਸ ਹੋ ਜਾਏਗਾ ਕਿ ਤੂੰ ਲਾਹੌਰ ਨਹੀਂ ਹੈਗੀ, ਤੂੰ ਵਾਪਸ ਆ ਗਈ ਹੈ। ਸੋ ਆਈ ਕੈਪਟ ਯੂ ਨੋ ਸਲੀਪਿੰਗ ਦ ਹੋਲ ਡੇ ਬਿਕੋਜ਼ ਮੈਂ ਰਿਅਲਾਈਜ਼ ਨਹੀਂ ਸੀ ਕਰਨਾ ਚਾਹੁੰਦੀ ਕਿ ਮੈਂ ਵਾਪਸ ਆ ਗਈ ਹਾਂ। ਮੈਂ ਜਦੋਂ ਲਾਹੌਰ ਨੂੰ ਖਤ ਲਿਖਣੇ ਸ਼ੁਰੂ ਕੀਤੇ ਸੀ 2016 ਦੇ ਵਿੱਚ, ਉਦੋਂ ਤੋਂ ਲੈ ਕੇ 2023 ਤੱਕ ਦਾ ਸਫ਼ਰ, ਇਹ ਮੈਨੂੰ ਯਕੀਨ ਸੀ ਕਿ ਪੰਜਾਬ ਸਾਡਾ ਸਾਂਝਾ ਹੈ, ਖਾਬ ਸਾਡਾ ਸਾਂਝਾ ਹੈ, ਅਤੇ ਉੱਥੇ ਮੇਰੇ ਵਰਗੇ ਹੀ ਲੋਕ ਨੇ ਅਤੇ ਸਾਡੇ ਦਿਲਾਂ ਦੇ ਵਿੱਚ ਸਿਰਫ ਮੁਹੱਬਤਾਂ ਨੇ। ਪਰ ਉਹ ਦਾਅਵੇ ਨੂੰ ਪੂਰਾ ਹੁੰਦੇ ਦੇਖਣਾ ਮੇਰੇ ਵਾਸਤੇ, ਮੈਨੂੰ ਲੱਗਦਾ ਕਿ ਜਿਵੇਂ ਮੇਰੀ ਜ਼ਿੰਦਗੀ ਸਫਲ ਹੋ ਗਈ। ਇਹ ਜਿਹੜੀ ਮੈਂ ਅੰਗੂਠੀ ਇਹ ਪਾਈ ਹੋਈ ਹੈ, ਮੈਨੂੰ ਉੱਥੇ ਮੇਰੀ ਮਾਸੀ ਵਰਗੀ ਇੱਕ ਔਰਤ ਨੇ ਦਿੱਤੀ, ਕਿਉਂਕਿ ਉਹਨੇ ਮੈਨੂੰ ਕਿਹਾ ਤੂੰ ਤਾਂ ਮੇਰੀ ਧੀ ਹੈ। ਜਦੋਂ ਅਸੀਂ ਵਾਹਗਾ ਬਾਰਡਰ ਕ੍ਰੋਸ ਕਰ ਰਹੇ ਸੀ ਤਾਂ ਜਾਵੇਦ ਅਖਤਰ ਸਾਹਿਬ ਮੈਨੂੰ ਕਹਿੰਦੇ ਵੀ ਤੂੰ ਤਾਂ ਆਪਣੇ ਨਨਿਹਾਲ ਆ ਗਈ, ਅੱਖਾਂ 'ਤੇ ਜਿਵੇਂ ਬਿਠਾ ਕੇ ਰੱਖਿਆ। ਉੱਥੋਂ ਡਾਕਟਰ ਆਰਫਾ ਨੇ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਤਾਂ ਨਾ ਮੇਰੇ ਸਿਰ 'ਤੇ ਬਸ ਆਪਣਾ ਹੱਥ ਰੱਖ ਦਿਓ, ਅਤੇ ਉਹ ਮੈਨੂੰ ਕਹਿੰਦੇ ਇਮੀ ਤੁਮੇ ਤੋਂ ਹਮ ਆਪਣੇ ਸਰ ਆਂਖੋਂ ਪਰ ਬਿਠਾ ਕੇ ਰੱਖੇਗੇ। ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਜਿਹੜੇ ਮੈਂ 5 ਦਿਨ ਲਾਹੌਰ ਦੇ ਵਿੱਚ ਬਿਤਾਏ ਨੇ ਉਹਦੇ ਵਿੱਚ ਮੈਂ ਜਿੰਨੀ ਪੰਜਾਬੀ ਬੋਲੀ ਹੈ ਉਨੀ ਮੈਂ ਚੰਡੀਗੜ੍ਹ ਰਹਿ ਕੇ ਨਹੀਂ ਬੋਲੀ। ਐਂਡ ਆਈ ਫੈਲਟ ਸੈਡ, ਮੈਂ ਨਾਲੇ ਉੱਥੇ ਹਾਲੇ ਪੰਜਾਬੀ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਜਾਂਦੀ, ਅਤੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹ ਵੀ ਕਿਹਾ ਜਾਂਦਾ ਵੀ ਨਹੀਂ ਨਹੀਂ ਪੰਜਾਬੀ 'ਚ ਨਾ ਬੋਲੋ ਤੁਸੀਂ, ਉਰਦੂ ਮੈਂ ਬਾਤ ਕਰੇ ਆਪ। ਉਹਦੇ ਬਾਵਜੂਦ ਜਿੰਨੀ ਪੰਜਾਬੀ ਮੈਂ ਉੱਥੇ ਬੋਲੀ ਹੈ ਨਾ 5 ਦਿਨਾਂ ਦੇ ਵਿੱਚ, ਉਨੀ ਮੈਂ ਚੰਡੀਗੜ੍ਹ ਰਹਿ ਕੇ ਨਹੀਂ ਬੋਲੀ। ਅਤੇ ਮੈਨੂੰ ਲੱਗਿਆ ਵਾਹ, ਇਹ ਪੰਜਾਬ ਦੇ ਵਿੱਚ ਕੋਈ ਫਰਕ ਹੀ ਨਹੀਂ ਹੈਗਾ, ਨਾ ਉੱਥੋਂ ਦੀਆਂ ਸੜਕਾਂ 'ਚ, ਨਾ ਦੁਕਾਨਾਂ 'ਚ, ਨਾ ਲਹਿਜਿਆਂ ਦੇ ਵਿੱਚ, ਅਤੇ
ਜਿਹੜੀ ਗਰਮੀ ਦੇ ਨਾਲ ਉਹ ਤੁਹਾਨੂੰ ਮਿਲਦੇ ਨੇ, ਜਿਹੜੇ ਮੋਹ ਦੇ ਨਿੱਘ ਦੇ ਨਾਲ ਤੁਹਾਨੂੰ ਜੱਫੀ ਪਾਉਂਦੇ ਨੇ, ਤੁਹਾਡੇ ਸਿਰ ਤੇ ਹੱਥ ਰੱਖਦੇ ਨੇ। ਮੈਂ ਕਹਿੰਦੀ ਹਾਂ ਜੇ ਕਿਸੇ ਨੇ ਜ਼ਿੰਦਗੀ 'ਚ ਪਿਆਰ ਕਰਨਾ ਸਿੱਖਣਾ ਹੋਵੇ ਤਾਂ ਲਾਹੌਰ ਵਾਲਿਆਂ ਤੋਂ ਸਿੱਖੇ। ਲਾਹੌਰ ਵਾਲੇ ਆਪਣੇ ਦਿਲ ਦੇ ਖੋਲ ਕੇ ਪਿਆਰ ਕਰਦੇ ਨੇ, ਉਹ ਇੰਨਾ ਕੁ ਆਪਣੇ ਕੋਲ ਨਹੀਂ ਰੱਖਦੇ, ਉਹ ਸਾਰਾ ਤੁਹਾਡੇ 'ਤੇ ਨਿਸ਼ਾਰ ਕਰ ਦਿੰਦੇ ਨੇ। ਅਤੇ ਮੈਂ ਜਾਣ ਤੋਂ ਪਹਿਲਾਂ ਉੱਥੇ ਜਦੋਂ ਮੈਂ ਵਾਹਗਾ ਕ੍ਰੋਸ ਕਰਨਾ ਸੀ 17 ਤਰੀਕ ਨੂੰ, ਅਤੇ 16 ਦੀ ਰਾਤ ਨੂੰ ਮੈਂ ਦਰਬਾਰ ਸਾਹਿਬ ਬੈਠੀ, 17 ਦੀ ਸਵੇਰ ਨੂੰ ਵੀ ਮੈਂ ਦਰਬਾਰ ਸਾਹਿਬ ਸੁੱਤੇ ਸੁੱਤੇ ਜਾ ਕੇ ਬੈਠੀ, ਅਤੇ ਮੈਂ ਕਿਹਾ ਕਿ ਵਾਹਿਗੁਰੂ ਜੀ ਜੇ ਮੇਰੇ ਪਿਆਰ 'ਚ ਕੋਈ ਕਮੀ ਹੋ ਗਈ ਰਹਿ ਗਈ ਨਾ, ਅਤੇ ਉਹ ਤੁਸੀਂ ਪੂਰੀ ਕਰ ਦਿਓ, ਕਿ ਸ਼ਾਲਾ ਮੈਂ ਲਾਹੌਰ ਜਾਵਾਂ ਅਤੇ ਮੈਂ ਸਾਰਿਆਂ ਨੂੰ ਉੱਥੇ ਇੰਨਾ ਪਿਆਰ ਦੇਵਾਂ ਅਤੇ ਮੈਂ ਦੱਸ ਦਿਆਂ ਕਿ ਇੱਧਰਲਾ ਪੰਜਾਬ ਵੀ ਉੱਧਰਲੇ ਪੰਜਾਬ ਨਾਲ ਓਨਾ ਹੀ ਪਿਆਰ ਕਰਦਾ। ਉੱਥੇ ਜਾ ਕੇ ਮੈਨੂੰ ਅਹਿਸਾਸ ਹੋਇਆ ਕਿ ਉਹਨਾਂ ਕੋਲ ਤੇ ਆਪ ਇੰਨਾ ਪਿਆਰ ਹੈ, ਉਹ ਤੇ ਉਹਨਾਂ ਨੇ ਤੇ ਮੈਨੂੰ ਹੋਰ ਮੇਰੀ ਝੋਲੀ 'ਚ ਭਰ ਭਰ ਕੇ ਪਿਆਰ ਜਿਹੜਾ ਨਾ ਵਾਪਸ ਭੇਜਿਆ। ਅਤੇ ਫਿਰ ਉੱਥੇ ਮੈਂ ਜਿਸ ਸਵੇਰ ਮੈਂ ਵਾਪਸ ਆਉਣਾ ਸੀ, ਉਸ ਤੋਂ ਪਿਛਲੀ ਰਾਤ ਮੈਂ ਮਾਧੋ ਲਾਲ ਹੁਸੈਨ ਸ਼ਾਹ ਹੁਸੈਨ, ਆਪਣੇ ਪੰਜਾਬੀ ਸੂਫੀ ਹੋਏ ਨੇ, ਕਵੀ ਹੋਏ ਨੇ, ਉਹਨਾਂ ਦੀ ਦਰਗਾਹ 'ਤੇ ਬੈਠੀ, ਅਤੇ ਦੋਨੋਂ ਥਾਵਾਂ 'ਤੇ ਬਹਿ ਕੇ ਮੈਨੂੰ ਇੱਦਾਂ ਲੱਗਿਆ ਕਿ ਕੋਈ ਵੀ ਸਰਹੱਦ ਸਾਡੇ ਦਿਲਾਂ ਦੇ ਵਿੱਚ ਕਦੀ ਕਾਇਮ ਨਹੀਂ ਹੋ ਸਕੀ। ਇਹ ਇੱਕ ਜੋਗ੍ਰੈਫਿਕਲ ਲਾਈਨ ਹੈ ਅਤੇ ਬਹੁਤ ਹੀ ਉਦਾਸ ਕਰ ਦੇਣ ਵਾਲੀ ਸ਼ੈ ਇਹ, ਪਰ ਜੇ ਨਾ ਹੋਵੇ। ਮੈਂ ਉੱਥੇ ਪੰਜਾਬੀ ਗਾਣੇ ਸੁਣਦੇ ਦੇਖਿਆ ਲੋਕਾਂ ਨੂੰ, ਬਾਲੀਵੁੱਡ ਗਾਣੇ ਬੈਨ ਨੇ ਉਸਦੇ ਬਾਵਜੂਦ ਹਰ ਗੱਡੀ ਹਰ ਕੈਫੇ ਹਰ ਢਾਬੇ 'ਤੇ ਉਹ ਗਾਣੇ ਜਿਹੜੇ ਮੈਂ ਉੱਥੇ ਸੁਣਦੇ ਦੇਖੇ, ਇੰਨਾ ਪਿਆਰ ਮੈਂ ਲੋਕਾਂ ਦੇ ਦਿਲਾਂ ਦੇ ਵਿੱਚ ਦੇਖਿਆ। ਅਤੇ ਉੱਥੇ ਜਾ ਕੇ ਮੈਨੂੰ ਮਹਿਸੂਸ ਹੋਇਆ ਕਿ ਜਿਹੜਾ ਮੇਰਾ ਸੁਪਨਾ ਸੀ ਨਾ, ਅਤੇ ਸੁਪਨਾ ਜਦੋਂ ਸੱਚ ਹੁੰਦਾ, ਉਹ ਮੈਂ ਤੇ ਭਾਗਾਂ ਵਾਲੀ ਇੰਨੀ ਭਾਗਾਂ ਵਾਲੀ ਹੋਵਾਂਗੀ, ਇਹ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਉੱਥੇ ਜਾ ਕੇ। ਚੰਡੀਗੜ੍ਹ 'ਚ ਮੈਨੂੰ ਸਾਰੇ ਚੰਡੀਗੜ੍ਹ ਤੋਂ ਲਾਹੌਰ ਵਾਲੀ ਐਵੇਂ ਕਹਿੰਦੇ ਹੁੰਦੇ ਸੀਗੇ, ਅਤੇ ਹੁਣ ਮੈਂ ਸੱਚੀ ਵੀ ਲਾਹੌਰ ਵਾਲੀ ਤੁਹਾਡੀ ਗੱਲ ਦਰੁਸਤ ਹੈ, ਉੱਥੇ ਨਿੱਘ ਬਹੁਤ ਹੈ, ਪਿਆਰ ਬਹੁਤ ਹੈ, ਤੇ ਉਹਦੀ ਜੱਫੀਆਂ ਦਾ ਅਸਰ ਤਾਂ ਅਸੀਂ ਲਾਂਘਾ ਖੁੱਲਦਾ ਵੀ ਦੇਖਿਆ, ਤੇ ਜੱਫੀਆਂ ਦਾ ਅਸਰ ਅਸੀਂ ਸਿਆਸਤ ਹੁੰਦੀ ਵੀ ਦੇਖੀ, ਸੋ ਜੱਫੀਆਂ ਦਾ ਅਸਰ ਬਹੁਤ ਦੂਰ ਤੱਕ ਜਾਂਦਾ ਉੱਥੇ ਵਾਲੀਆਂ ਦਾ। ਸੋ ਬਿਲਕੁਲ, ਅਤੇ ਮੈਂ ਜਤਿਨ ਸਲਵਾਨ ਜੀ ਕੋਲ ਆਉਣਾ, ਜਿਹਨਾਂ ਦੀ ਫੁੜੀ ਅੱਜ ਪੂਰੇ ਦੁਨੀਆਂ ਦੇ ਵਿੱਚ ਵੱਸਦੇ ਪੰਜਾਬੀਆਂ 'ਚ ਖੂਬ ਚਰਚਾ 'ਚ ਹੈ, ਉਸਨੂੰ ਬਹੁਤ ਮਾਣ ਮਿਲ ਰਿਹਾ, ਸਭ ਤੋਂ ਵੱਧ ਪੜ੍ਹੀ ਜਾ ਰਹੀ ਹੈ ਕਿਤਾਬ ਖਰੀਦ ਕੇ, ਖਾਸ ਕਰਕੇ ਖਰੀਦ ਕੇ ਪੰਜਾਬੀ ਖੇਤਰ 'ਚੋਂ ਕਿਤਾਬ ਪੜ੍ਹੀ ਜਾਵੇ ਹੋਰ ਵੀ ਮਾਣ ਵਾਲੀ ਗੱਲ ਹੈ। ਸੋ ਜਤਿਨ ਜੀ, ਕਹਿੰਦੇ ਕਿ ਵਕੀਲ ਜਦੋਂ ਅਦਾਲਤ 'ਚ ਲੜਦੇ ਨੇ ਤਾਂ ਕਹਿੰਦੇ ਕਿ ਤਲਾਕ ਕਰਾਉਣ ਲਈ ਕੱਪੜੇ ਤੱਕ ਫੜ ਲੈਂਦੇ ਨੇ ਕਿ ਤਲਾਕ ਕਰਾ ਕੇ ਹਟਾਂਗੇ, ਤੋੜ ਕੇ ਹਟਾਂਗੇ, ਪਰ ਤੁਸੀਂ ਆਪਣੀ ਕਵਿਤਾ ਰਾਹੀਂ ਸਾਂਝੇ ਪੰਜਾਬ ਨੂੰ ਜੋੜਨ ਨੂੰ ਫਿਰਦੇ ਹੋ। ਸੋ ਉਹ ਜੋੜਨ ਦਾ ਖਿਆਲ, ਉਹ ਸ਼ਬਦਾਂ ਦੀ ਚੋਣ, ਕਹਿੰਦੇ ਕਿ ਕਵਿਤਾ ਕਦੇ ਲਿਖੀ ਨਹੀਂ ਜਾਂਦੀ, ਉਹ ਇਬਾਦਤ ਹੁੰਦੀ ਹੈ, ਉਧਰ ਉਤਰਦੀ ਹੈ। ਸੋ ਜਤਿਨ ਸਲਵਾਨ ਨੂੰ ਇਹ ਸਾਂਝੇ ਪੰਜਾਬ ਦੇ ਖਿਆਲ ਕਿਵੇਂ ਆਉਂਦੇ ਨੇ? ਇਸ ਮੁਲਕ ਦੀ ਵੰਡ ਕੋਲੋਂ ਯਾਰੋ, ਇਸ ਮੁਲਕ ਦੀ ਵੰਡ ਕੋਲੋਂ ਯਾਰੋ, ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ, ਮੂੰਹੋਂ ਚਾਹੇ ਕੁਝ ਨਾ ਕਹੀਏ, ਮੂੰਹੋਂ ਚਾਹੇ ਕੁਝ ਨਾ ਕਹੀਏ, ਪਰ ਵਿੱਚੋਂ ਵਿੱਚ ਹੀ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ, ਜਿਉਂਦੀ ਜਿੰਦ ਜਾਨ ਮੌਤ ਦੇ ਮੂੰਹ ਅੰਦਰ, ਟੋਏ ਤੁਸੀਂ ਵੀ ਹੋ, ਟੋਏ ਅਸੀਂ ਵੀ ਹਾਂ, ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ,
ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਦੀ ਪਈ ਆਖਦੀ ਏ, ਲਾਲੀ ਅੱਖੀਆਂ ਦੀ ਪਈ ਆਖਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਦੀ ਪਈ ਆਖਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਸੋ ਦੀਪਕ ਜੀ, ਜਦੋਂ ਸਾਂਝ ਨਾ ਹੋਵੇ, ਵਿਛੋੜੇ ਦੀ ਚੀਜ਼ ਨਹੀਂ ਹੁੰਦੀ। ਜੇ ਵਿਛੋੜੇ ਦੀ ਚੀਜ਼ ਨਾ ਹੋਵੇ, ਹਿਜਰ ਦਾ ਦਰਦ ਨਹੀਂ ਹੁੰਦਾ। ਹਿਜਰ ਦਾ ਦਰਦ ਨਾ ਹੋਵੇ, ਸ਼ਾਇਰੀ ਨਹੀਂ ਹੁੰਦੀ। ਬਿਲਕੁਲ, ਜੇ ਬਿਲਕੁਲ ਸਾਂਝੇ ਪੰਜਾਬ ਨੂੰ ਦੇਖੀਏ, ਤੁਸੀਂ ਟੌਪਿਕ ਹੀ ਐਸਾ ਰੱਖਿਆ, ਸਾਂਝ ਬਿਨਾਂ ਤਾਂ ਵਿਛੋੜਾ ਕੋਈ ਹੋ ਨਹੀਂ ਸਕਦਾ। ਸਾਡੀ ਸਾਂਝ ਰਿਸ਼ਤਿਆਂ ਦੀ, ਕੱਪੜਿਆਂ ਦੀ, ਪਹਿਰਾਵਾ, ਖਾਣ ਪੀਣ, ਗੀਤ, ਲੋਕ ਗੀਤ, ਔਰ ਸਭ ਤੋਂ ਵੱਡੀ ਜਿਹੜੀ ਸਾਂਝ ਸੀ ਉਹ ਸਾਡੀ ਸਾਂਝ ਸੀ ਸਾਡੀ ਮਾਂ ਬੋਲੀ। ਸਰਹੱਦ ਦੇ ਦੋ ਸਰਹੱਦ ਦੇ ਪਾਰ ਪੰਜਾਬ ਵੰਡਿਆ ਗਿਆ। ਇਸ ਮੁਲਕ ਦੀ ਵੰਡ ਦੋ ਜਗ੍ਹਾ ਹੋਈ, ਜਾਂ ਪੰਜਾਬ 'ਚ ਜਾਂ ਬੰਗਾਲ 'ਚ। ਦੋਨੋਂ ਤਰਫ ਦਿਲ ਧੜਕਦੇ ਰਹੇ, ਪਰ ਧੜਕਣ ਇੱਕ ਸੀ। ਧੜਕਣ ਸੀ ਪੰਜਾਬੀ, ਪੰਜਾਬੀ ਦੀ ਜਿਹੜੀ ਕਿ ਸਾਡੀ ਮਾਂ ਬੋਲੀ ਸੀ, ਉਹ ਧੜਕਦੀ ਰਹੀ। ਅੰਮ੍ਰਿਤਪਾਲ ਪ੍ਰੀਤਮ ਨੇ ਵੈਣ ਪਾਏ, ਵਾਰਿਸ ਸ਼ਾਹ ਨੂੰ ਵਾਸਤੇ ਪਾਏ, ਸ਼ਿਵ ਬਟਾਲ ਵੀ ਰੋਂਦਾ ਰਿਹਾ, ਉਹ ਕਿਧਰੇ ਵੀ ਕੋਈ ਗੱਲ ਛਪੀ ਨਹੀਂ। ਪਰ ਮੇਰੇ ਕੋਲ ਫੋਰਚੂਨੇਟਲੀ ਮੈਨੂਸਕ੍ਰਿਪਟ ਸੀਗਾ, ਅੱਛਾ, ਜਿਹਦੇ 'ਚ ਸ਼ਿਵ ਕੁਮਾਰ ਬਟਾਲ ਵੀ ਨੇ ਇੱਕ ਪਾਕਿਸਤਾਨ ਦੇ ਹਿਜਰ ਬਾਰੇ ਲਿਖਿਆ ਸੀ। ਇਜਾਜ਼ਤ ਹੋਵੇ ਤਾਂ ਸ਼ਿਵ ਟਾਲਵੀ ਨੇ ਲਿਖਿਆ ਵੀ, ਦੋਸਤੋ ਇਹ ਕੌਣ ਹੈ, ਦੋਸਤੋ ਇਹ ਕੌਣ ਹੈ, ਸ਼ਾਇਦ ਹਿੰਦੁਸਤਾਨ ਹੈ ਜਾਂ ਤਰਹਾਈ ਰੁੱਤ ਵਿੱਚ, ਜਾਂ ਤਰਹਾਈ ਰੁੱਤ ਵਿੱਚ ਦੁੱਲਿਆ ਲਹੂ ਦਾ ਜਾਮ ਹੈ, ਜਾਂ ਬਰਲਨ ਦੀ ਕੰਧ 'ਤੇ ਬੈਠ ਕੇ, ਜਾਂ ਬਰਲਨ ਦੀ ਕੰਧ 'ਤੇ ਬੈਠ ਕੇ ਰੋਂਦੀ ਕੋਈ ਜ਼ਖਮੀ ਸ਼ਾਮ ਹੈ, ਜਾਂ ਮੇਥੋਂ ਹੀ ਵਿਛੜਿਆ ਮੇਰਾ ਪਾਕਿਸਤਾਨ। ਦੋਸਤੋ ਇਹ ਕੌਣ, ਦੋਸਤੋ ਇਹ ਕੌਣ। ਹੁਣ ਜਿਹੜੀ ਧੜਕਣ ਸੀ ਮਾਂ ਬੋਲੀ, ਹਿੰਦੁਸਤਾਨ ਦੇ ਵਿੱਚ ਨੈਸ਼ਨਲ ਲੈਂਗੁਏਜ ਹਿੰਦੀ, ਪਾਕਿਸਤਾਨ ਦੇ ਵਿੱਚ ਸਾਂਝ ਦੀ ਗੱਲ ਹੁੰਦੀ ਹੈ। ਵਾਰਿਸ ਸ਼ਾਹ ਨੂੰ ਨਹੀਂ ਵੰਡਿਆ ਜਾ ਸਕਿਆ। ਸਭ ਤੋਂ ਵੱਡੀ ਪੰਜਾਬੀ ਦੀ ਜਿਹੜੀ ਸਾਡੀ ਇੱਕ ਸਾਂਝ ਹੋਣੀ ਚਾਹੀਦੀ ਸੀ, ਜਿਹੜੀ ਨਹੀਂ ਹੋ ਸਕੀ, ਉਹ ਸੀ ਸਾਡੀ ਪਵਿੱਤਰ ਗੁਰਬਾਣੀ। ਬਾਬਾ ਨਾਨਕ ਨੂੰ ਨਹੀਂ ਵੰਡਿਆ ਜਾ ਸਕਿਆ, ਅੰਮ੍ਰਿਤਾ ਪ੍ਰੀਤਮ ਨਹੀਂ ਵੰਡੀ ਜਾ ਸਕਦੀ। ਅਤੇ ਮਾਂ ਬੋਲੀ ਦੇ ਉੱਤੇ ਮੈਂ ਦੋ, ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ, ਉੱਧਰ ਵੀ ਉਹੀ, ਇਹੀ ਸਾਡੇ ਦਿਲਾਂ ਦੀ ਧੜਕਣ ਹੈ। ਮੈਨੂੰ ਕਿਸੇ ਨੇ ਪੁੱਛਿਆ ਵੀ ਇੰਗਲਿਸ਼ ਲਿਟਰੇਚਰ 'ਚ ਐੱਮ ਏ ਕਰਨ ਦੇ ਬਾਅਦ ਪੰਜਾਬੀ 'ਚ ਕਿੰਝ ਲਿਖਣਾ ਸ਼ੁਰੂ ਕੀਤਾ। ਮੇਰਾ ਜਵਾਬ ਸੀ ਕਿ ਇਹ ਮੇਰੀ ਮਾਂ ਬੋਲੀ ਹੈ, ਇਹ ਮੇਰੀ ਮਾਂ ਬੋਲੀ ਹੈ, ਮੇਰੇ ਸੂਤਕ ਤੋਂ ਵੀ ਪਹਿਲਾਂ, ਮੇਰੇ ਸੂਤਕ ਤੋਂ ਵੀ ਪਹਿਲਾਂ ਮਾਂ ਮੇਰੀ ਨੇ ਇਸ ਵਿੱਚ ਮਮਤਾ ਦੀ ਮਿਸ਼ਰੀ ਘੋਲੀ ਹੈ। ਇਹ ਮੇਰੀ ਮਾਂ ਬੋਲੀ ਹੈ,
ਇਸੇ ਦੀ ਮਾਂ ਗੁੜਤੀ ਦਿੱਤੀ, ਇਸੇ ਦੀ ਮਾਂ ਗੁੜਤੀ ਦਿੱਤੀ, ਇਸੇ ਵਿੱਚ ਸਾਰੇ ਕਾਜ ਰਚਾਏ, ਸਦ ਮਰਾਸੀ ਸੁਫੇ ਦੀ ਚੁਗਾਠੀ, ਨਰੋਏ ਅੰਬ ਦੇ ਪੱਤੇ ਲਟਕਵਾਏ। ਇਸੇ ਵਿੱਚ ਮਾਂ ਪਤਾਸੇ ਵੰਡੇ, ਖੁਸਰੇ ਸਦ ਨਚਾਏ, ਕਿਉਂਕਿ ਇਹ ਮੇਰੀ ਮਾਂ ਬੋਲੀ ਹੈ, ਇਹ ਮੇਰੀ ਮਾਂ ਬੋਲੀ ਹੈ। ਸੋ ਦੀਪਕ ਜੀ, ਦੋਨੋਂ ਤਰਫ ਜਿਹੜੀ ਸਾਂਝ ਹੈ ਉਹ ਸਾਂਝ ਲੈਂਗੁਏਜ ਦੀ ਹੈ, ਹੁਣ ਹੋਰ ਕਿਸੇ ਚੀਜ਼ ਦੀ ਨਹੀਂ ਰਹੀ। ਉੱਧਰ ਉਰਦੂ ਜ਼ਬਾਨ ਹੋਣ ਦੇ ਬਾਵਜੂਦ ਪੰਜਾਬੀ ਜਿਹੜੀ ਹੈ ਉਸ ਪੰਜਾਬ 'ਚ ਬੋਲੀ ਜਾਂਦੀ ਹੈ, ਸਾਡੇ ਇੱਧਰ ਹਿੰਦੀ ਹੋਣ ਦੇ ਬਾਵਜੂਦ ਵੀ ਮੈਂ ਫਖਰ ਨਾਲ ਕਹਿ ਰਿਹਾ ਕਿ ਮੈਂ ਤਾਂ ਹਮੇਸ਼ਾ ਪੰਜਾਬੀ 'ਚ ਗੱਲ ਕਰਦਾ ਔਰ ਮੈਂ ਤੁਹਾਨੂੰ ਵੀ ਹਮੇਸ਼ਾ ਪੰਜਾਬੀ 'ਚ ਗੱਲ ਕਰਦੀ ਸੀ। ਜੀ ਬਹੁਤ ਬਹੁਤ ਸ਼ੁਕਰੀਆ ਜਤਿਨ ਜੀ। ਮੈਂ ਵਾਪਸ ਐਮੀ ਸਿੰਘ ਕੰਨੀ ਆਉਣਾ। ਜਿਸ ਤਰ੍ਹਾਂ ਜਤਿਨ ਜੀ ਨੇ ਗੱਲ ਕੀਤਾ ਕਿ ਮਾਂ ਬੋਲੀ ਦੀ ਸਾਂਝ ਬਰਕਰਾਰ ਆ, ਬਾਕੀ ਸਾਂਝ ਤੋੜੀ ਜਾ ਰਹੀ ਹੈ, ਪਰ ਉੱਧਰੋਂ ਵੀ ਖਬਰਾਂ ਅਜਿਹੀਆਂ ਆਉਂਦੀਆਂ ਕਿ ਉੱਥੇ ਵੀ ਸੰਘਰਸ਼ ਚੱਲਦਾ, ਮਾਂ ਬੋਲੀ ਨੂੰ ਲੈ ਕੇ ਪ੍ਰਦਰਸ਼ਨ ਤੱਕ ਕਰਨੇ ਪੈਂਦੇ ਉਹਨਾਂ ਨੂੰ। ਇੱਧਰ ਵੀ ਪੰਜਾਬ 'ਚ ਵੀ, ਚੰਡੀਗੜ੍ਹ 'ਚ ਵੀ ਮਾਂ ਬੋਲੀ ਦੇ ਹੱਕ ਲਈ ਲਗਾਤਾਰ ਸੰਘਰਸ਼ ਜਾਰੀ ਹੈ, ਖਾਸ ਕਰ ਖੇਤਰੀ ਭਾਸ਼ਾਵਾਂ ਨੂੰ ਜਿਹੜੀਆਂ ਚੁਣੌਤੀਆਂ। ਪਰ ਮੈਂ ਤੁਹਾਡੀ ਲੇਖਣੀ ਦੇ ਬਾਰੇ ਕੋਈ, ਜਤਿਨ ਜੀ ਨੇ ਕੁਝ ਨਜ਼ਮਾਂ ਰਾਹੀਂ ਚਾਹੇ ਆਪਣੇ ਬੋਲ ਨੇ ਚਾਹੇ ਮਕਬੂਲ ਸ਼ਾਇਰਾਂ ਦੀਆਂ ਸ਼ਾਇਰੀ ਆ ਉਹਦੇ ਨਾਲ ਸਾਂਝੀ ਕੀਤੀ ਹੈ, ਸੋ ਮੈਂ ਤੁਹਾਡੀ ਲਿਖਤ ਦੇ ਵਿੱਚੋਂ ਕੁਝ ਚਾਹੁੰਦਾ ਕਿ ਤੁਸੀਂ ਉਸਦੇ ਹਵਾਲੇ ਨਾਲ ਕੋਈ ਕਿੱਸਾ ਵੀ ਛੂਹੋ ਅਤੇ ਕੋਈ ਲਿਖਤ ਵੀ, ਆਪਣੀ ਕਵਿਤਾ ਵੀ ਸਾਡੇ ਨਾਲ ਸਾਂਝੀ ਕਰੋ। ਮੇਰੀਆਂ ਕਵਿਤਾਵਾਂ ਮੈਂ ਅਕਸਰ ਸਾਂਝੀਆਂ ਕਰਦੀ ਹੁੰਦੀ ਹਾਂ, ਜੇ ਤੁਹਾਨੂੰ ਇਜਾਜ਼ਤ ਤੁਸੀਂ ਮੈਨੂੰ ਦਿਓ ਤੇ। ਉੱਥੋਂ ਦੇ ਇੱਕ ਪ੍ਰੋਫੈਸਰ ਅਸਮਾ ਅਵਾਨ ਹੋਣਾਂ ਨੇ ਮੇਰੇ ਖੱਤ ਤੇ ਮੇਰੀ ਨਜ਼ਮ ਦੇ ਜਵਾਬ ਦੇ ਵਿੱਚ ਇੱਕ ਨਜ਼ਮ ਭੇਜੀ ਲਿਖੀ ਜਦੋਂ ਮੈਂ ਉੱਥੇ ਸੀ ਛੋਟੀ ਜਿਹੀ, ਤੇ ਦੂਜੀ ਜਦੋਂ ਮੈਂ ਇੱਥੇ ਵਾਪਸ ਆ ਗਈ ਤੇ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਕਿ ਧੀਏ ਤੂੰ ਠੀਕ ਠਾਕ ਪਹੁੰਚ ਗਈ, ਤੇ ਮੈਂ ਕਿਹਾ ਮੈਂ ਪਹੁੰਚ ਤੇ ਗਈ ਪਰ ਮੇਰਾ ਜੀ ਨਹੀਂ ਲੱਗ ਰਿਹਾ, ਤੇ ਫਿਰ ਉਹਨਾਂ ਨੇ ਛੋਟੀ ਜਿਹੀ ਨਜ਼ਮ ਮੈਨੂੰ ਲਿਖ ਕੇ ਭੇਜੀ, ਜੇ ਤੁਸੀਂ ਇਜਾਜ਼ਤ ਦਿਓ ਤੇ ਮੈਂ ਉਹ ਸੁਣਾਵਾਂ। ਮੈਂ ਕਹਿੰਦੀ ਸਾਂਝੇ ਪੰਜਾਬ ਦੀ ਇਸ ਤੋਂ ਪਿਆਰੀ ਝਲਕ ਤੁਹਾਨੂੰ ਸ਼ਾਇਦ ਕਿਤੋਂ ਹੋਰ ਨਾ ਮਿਲੇ। ਅੱਛਾ, ਆਪਾਂ ਮਾਂ ਬੋਲੀ ਦੀ ਗੱਲ ਕਰਦੇ ਹਾਂ ਨਾ, ਤੇ ਉਹਨਾਂ ਨੇ ਜਿਹੜੀ ਪਹਿਲੀ ਨਜ਼ਮ ਮੇਰੇ ਜਵਾਬ ਮਤਲਬ ਮੇਰੇ ਖੱਤ ਦੇ ਜਵਾਬ 'ਚ ਲਿਖੀ ਉਹ ਹੈਗੀ ਹੈ ਉਰਦੂ ਦੇ ਵਿੱਚ, ਤੇ ਜਿਹੜੀ ਦੂਜੀ ਜਦੋਂ ਮੈਂ ਇੱਥੇ ਆ ਗਈ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਉਦਾਸ ਹਾਂ, ਤੇ ਜਿਹੜੀ ਫਿਰ ਉਹਨਾਂ ਨੇ ਮੈਨੂੰ ਭੇਜੀ ਉਹ ਪੰਜਾਬੀ ਦੇ ਵਿੱਚ, ਤੇ ਮੈਂ ਦੋਨੋਂ ਤੁਹਾਨੂੰ ਸੁਣਾਉਂਦੀ ਹਾਂ। ਪਿਆਰੀ ਏਵੀ, ਅਬ ਲਾਹੌਰ ਆਈ ਹੋ ਤੋ ਲਾਹੌਰ ਲੈ ਕੇ ਹੀ ਜਾਣਾ, ਜੋ ਲਕੀਰ ਪਾਰ ਕਰ ਆਈ ਹੋ ਲਾਹੌਰ ਉਸਕੇ ਇਧਰ ਵੀ ਹੈ ਉਧਰ ਵੀ ਹੈ, ਲਾਹੌਰ ਦਿਲ ਵੀ ਹੈ ਦਿਲ ਭਰ ਵੀ ਹੈ, ਲਾਹੌਰ ਮਨੀਸ਼ ਹੈ ਲਾਹੌਰ ਏਮੀ ਹੈ ਲਾਹੌਰ ਅਰਵਿੰਦਰ ਵੀ ਹੈ, ਨਫ਼ਰਤੋਂ ਕੇ ਰਾਗੋਂ ਕੇ ਬੀਚ ਲਾਹੌਰ ਪਿਆਰ ਕੀ ਧੁਨ ਮੇ ਰਹਿਤਾ ਹੈ, ਚਾਹਨੇ ਵਾਲੇ ਲਾਹੌਰ ਮੇ ਨਾ ਵੀ ਰਹੇ ਲਾਹੌਰ ਉਨਮੇ ਰਹਿਤਾ ਹੈ, ਹਮ ਬਰੇ ਸਗੀਰ ਕੀ ਔਰਤੇ ਬਹੁਤ ਕਲਟਰ ਕਲੈਕਟਰਸ ਹੈ, ਯਾਦੋਂ ਕੇ ਕਲਟਰ ਦਾਦੀ ਕੇ ਬਕਸੇ ਮੇ ਹਮ ਯਾਦੇ ਦਾਦੀ ਕੇ ਬਕਸੇ ਮੇ ਲਪੇਟ ਰੱਖਤੀ ਹੈ, ਬਦਲਤੇ ਮੌਸਮੋਂ ਕੀ ਧੂਪ ਲਗਵਾ ਕਰ ਕਰੀਨੇ ਸੇ ਸਮੇਟ ਰੱਖਤੀ ਹੈ, ਬੱਚੇ ਕਹਿਤੇ ਹੈ ਇਤਨਾ ਕਲਟਰ ਕਰ ਰੱਖਾ ਹੈ, ਵੋ ਕਿਆ ਜਾਣੇ ਯਹੀ ਤੋ ਹਮਾਰਾ ਹੈਬਿਟੈਟ ਹੈ, ਦਾਦੀ ਕੇ ਬਕਸੇ ਕੇ ਲੀਏ ਕਿਆ ਲੈ ਜਾਓਗੀ ਲਾਹੌਰ ਸੇ ਵੀ, ਲਾਰੈਂਸ ਗਾਰਡਨ ਕੇ ਇੱਕ ਓਟਰੀ ਕੇ ਨੀਚੇ ਇੱਕ ਜੋੜੇ ਨੇ ਜ਼ਿੰਦਗੀ ਭਰ ਕਾ ਪੈਮਾਨ ਬਾਂਧਾ ਥਾ, ਫਿਰ ਲੌਟ ਨਾ ਪਾਏ ਵੋ ਪੈਮਾਨ ਲੈ ਜਾਣਾ, ਧਰਮਪੁਰੇ ਕੇ ਦੋ ਸਹਿਨੋ ਸੇ ਪੜੋਸਨ ਸਖੀਆਂ ਦਿਨ ਚੜ੍ਹੇ ਆਵਾਜ਼ ਦੇਤੀ ਥੀ ਨੀ ਜਸਪ੍ਰੀਤ ਅੱਜ ਕੀ ਪਕਾਇਆ ਹੈ, ਮੈਂ ਕੰਧਲਾਂ ਦਾ ਸਾਗ ਪਕਾਉਣ ਲੱਗੀ ਹਾਂ ਸਕੀਨਾ ਤੂੰ ਕੀ ਚਾੜਿਆ ਹੈ, ਵੋ ਆਵਾਜ਼ੇ ਵੀ ਅਬ ਗੂੰਜਤੀ ਹੈ ਲੈ ਜਾਣਾ, ਜਿਸਕੀ ਬੇੜੀ ਚਾਪੋ ਵਹੀ ਰਹਿ ਗਈ
रावी उस मलाह की याद में है, रावी उस मलाह की याद में सुर पटकता है, उसकी लहरों का इजतराव ले जाना। नन्हे बलवंत का कुगू कोड़ा यहीं रह गया था, उसके टुकड़े लाहौर की मिट्टी में मिल गए हैं, वो मिट्टी भी उठा ले जाना। और सुप्रीत की कपड़े की गुड़िया के चीथड़े भी समेट लेना, और जाने क्या 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 सौगातें समेटोगी लाहौर के चप्पे चप्पे पे, यादों की, अलहड़पन के ख्वाबों की, अधूरे पैमानों की, अनकही मोहब्बतों की कब्रें हैं, और वो उन्हें दिल में आबाद किए जिंदा दिली से वकार से मुस्कुराता है कि मोहब्बतों का बंटवारा ना हो सका। मोहब्बत के बीजों की कोई ज्योग्राफी नहीं होती, वो हवा के साथ उड़ते हैं कि हवा को वीज़ा नहीं लगता, और कहीं भी फूट पड़ते हैं कोई एमी कोई अरविंदर बनकर। तो अपना लाहौर ले जाना, मगर लाहौर तो अपने तलाशने वालों की तलाश अपने अंदर समो लेता है। मोहब्बत करने वालों को लाहौर ले जाना नहीं पड़ता, लाहौर साफ हो लेता है। बहुत अच्छे बिल्कुल, लाहौर ना हो सकता है। ये वक्री गल है कि हालात जां सिस्टम जां सियासत, अगे ना घर जे बीबियां नूं जिवें इह कहिंदे कि घुंड कढ लै तां उह विहड़े तक जां गली तक जाण दी इजाजत नहीं हुंदी सी, तां गवांढियां दे लई उहनां ने कंध 'च इक इंट रखी हुंदी सी, उह कढ लो ते उहदे राहीं आदान प्रदान गल्लबात, उह फोन दा इक सिस्टम सी। सो हुण छोटी जी है, इह चीज़ां रोक नहीं सकदियां। बिल्कुल, कहिंदे इक सिंड्रेला आई सी, कदी रोंदी सी कदे हसदी सी, अपना नाम एमी दसदी सी। ਉਹਦੀ ਚਿੱਠੀਆਂ ਨੂੰ ਫਿਰ ਦਿਲ ਤੋਂ ਕੱਢਿਆ ਨਹੀਂ, ਜੋ ਉਹਨੇ ਹੱਥ ਵਧਾਇਆ ਸੀ ਲਾਹੌਰ ਨੇ ਛੱਡਿਆ ਨਹੀਂ। ਬੇਧਿਆਨੀ ਕੁਝ ਚੀਜ਼ਾਂ ਇੱਥੇ ਛੋੜ ਗਈ ਹੈ, ਇਸੇ ਲਈ ਚਿੱਠੀ ਲਿਖਣ ਦੀ ਲੋੜ ਪਈ ਹੈ। ਜਦੋਂ ਅਸੀਂ ਘੁੱਟ ਮਿਲੇ ਸਾਂ ਇੱਕ ਦੂਜੇ ਦੀ ਦਿਲਦਾਰੀ ਵਿੱਚ, ਅਥਰੂ ਉਹਦੇ ਰਹਿ ਗਏ ਨੇ ਕੁਝ ਮੇਰੀ ਅਜਰਕ ਕੁਝ ਮੇਰੀ ਫੁਲਕਾਰੀ ਵਿੱਚ। ਮੁਹੱਬਤਾਂ ਦੇ ਆਪਣੇ ਗੀਤ ਅਲਾਪ ਹੁੰਦੇ ਨੇ, ਕੁਝ ਝੂਠੇ ਕੁਝ ਸੱਚੇ, ਦਿਲਾਂ ਦੇ ਵੀ ਨਾਪ ਹੁੰਦੇ ਨੇ। ਇੱਕ ਅੱਧਾ ਦਿਲ ਮੁਹੱਬਤਾਂ ਭਰਿਆ ਸੁੱਚਾ ਸੋਹਣਾ ਵਿਛੋੜਿਆਂ ਦਾ ਸਰਿਆ, ਲਾਹੌਰ ਦੀਆਂ ਗਲੀਆਂ ਬਾਗਾਂ ਚੁਬਾਰਿਆਂ 'ਚ ਉੱਡੀ ਫਿਰਦਾ ਹੈ, ਇਹ ਉਹਨੂੰ ਹੀ ਫਿੱਟ ਆਉਣਾ ਹੈ ਜੋ ਸਿੰਡਰੇਲਾ ਆਈ ਸੀ, ਆਪਣਾ ਨਾਮ ਇਮੀ ਦੱਸਦੀ ਸੀ, ਹੱਸਦਿਆਂ ਹੱਸਦਿਆਂ ਰੋਂਦੀ ਸੀ, ਰੋਂਦਿਆਂ ਰੋਂਦਿਆਂ ਹੱਸਦੀ ਸੀ। ਵਾਹ, ਐਮੀ ਸਿੰਘ ਲਾਹੌਰ, ਵਾਹ ਕਮਾਲ। ਤੇ ਲਓ ਲਿੱਲੀ ਸਵਰਨ ਜੀ, ਤੁਹਾਡੀ ਕਵਿਤਾ ਵੀ ਕਾਹਲੀ ਪੈ ਰਹੀ ਹੈ ਬਾਹਰ ਆਉਣ ਨੂੰ, ਮੈਂ ਦੇਖ ਰਿਹਾ ਉਹ ਫੋਨ ਤੇ ਵਧਾਈ ਦਾ ਪਾਤਰ ਹੈ ਕਿ ਉਹਨਾਂ ਨੇ ਸਾਨੂੰ ਲੰਬੀ ਉਡਾਰੀ, ਸਾਡੇ ਨਾਲ ਵੱਧ ਆਨੰਦ ਮੇਲਾ ਦਾ ਉਧਰ ਸਾਡੇ ਸਰੋਤੇ ਲੈ ਰਹੇ ਨੇ ਕਿ ਹਾਂ ਉਹ ਸਫ਼ਰ ਦਾ। ਸੋ ਲੀਲੀ ਜੀ, ਕੁਛ ਆਪਣੇ ਸ਼ਬਦਾਂ ਨਾਲ, ਆਪਣੀ ਲਿਖਤ ਨਾਲ ਇਹ ਸਾਂਝੀ ਉਡਾਰੀ ਨੂੰ ਹੋਰ ਅੱਗੇ ਪ੍ਰਵਾਹ ਦਿਓ। ਜੀ ਜੀ, ਸਿੱਖ ਲੈਂਸ ਵੱਲੋਂ ਪਹਿਲੇ ਤਾਂ ਮੈਂ ਅਸਮਾ ਅਵਾਨ ਜੀ ਦਾ ਬਹੁਤ ਸ਼ੁਕਰੀਆ ਕਰਾਂਗੀ, ਜਿਨ੍ਹਾਂ ਨੇ ਏਮੀ ਰਾਹੀਂ ਇੰਨੀ ਸੋਹਣੀ ਸਾਨੂੰ ਸੰਦੇਸ਼ ਭੇਜਿਆ ਹੈ। ਇਹ ਪਿਆਰ ਦਾ ਸੰਦੇਸ਼ ਹੈ ਨਾ, ਇਹ ਦਿਲਾਂ ਨੂੰ ਲੱਗਦਾ ਹੈ ਅਤੇ ਆਂਸੂ ਆਪੇ ਆ ਜਾਂਦੇ ਹਨ। ਥੈਂਕ ਯੂ ਸੋ ਮੱਚ ਅਸਮਾ ਜੀ, ਏਮੀ ਇਜ਼ ਆਲਸੋ ਲਾਈਕ ਅ ਡੋਟਰ ਟੂ ਮੀ, ਸੋ ਆਈ ਅੰਡਰਸਟੈਂਡ ਦੈਟ। ਬਾਕੀ ਗੱਲ ਰਹੀ ਹੈ ਵੀ ਉੱਧਰ 9 ਕਰੋੜ ਪੰਜਾਬੀ ਬੋਲਣ ਵਾਲੇ ਹੈ ਲਾਈਨ ਦੇ ਅਕਰੋਸ, ਬਾਬਡ ਵਾਇਰ ਦੇ ਅਕਰੋਸ, ਇੱਧਰ 3 ਕਰੋੜ ਹੀ ਹੈ ਸਿਰਫ, ਬਾਕੀ 25 ਦੇਸ਼ਾਂ ਵਿੱਚ ਹੋਰ ਹੈ, ਕੈਨੇਡਾ ਵਿੱਚ ਵੀ ਹੋਣਾ ਹੈ ਕੋਈ, ਇੰਨੇ ਅਮੈਰੀਕਾ ਵਿੱਚ ਹੁਣ, ਆਸਟ੍ਰੇਲੀਆ ਨਿਊਜ਼ੀਲੈਂਡ 'ਚ ਵੀ ਹੋਣ ਲੱਗ ਗਿਆ, ਬਟ 25 ਦੇਸ਼ਾਂ ਦਾ ਡਾਇਸਪੋਰਾ
9 that side, 3 this side. This is from the last census. ਗਲਤ ਕਰ ਰਹੇ ਹਾਂ ਅਸੀਂ ਪਰਿਵਾਰਾਂ ਵਿੱਚ ਆਪਣੇ ਬੱਚਿਆਂ ਨੂੰ ਫਾਈਨ ਕਿਉਂ ਨਹੀਂ ਲਾਉਂਦੇ ਅੰਗਰੇਜ਼ੀ ਬੋਲਣ ਦਾ, ਜਦ ਸਕੂਲਾਂ ਵਿੱਚ ਫਾਈਨ ਲਾਉਂਦੇ ਹਾਂ ਪੰਜਾਬੀ ਬੋਲਣ ਲਈ, ਅਸੀਂ ਘਰਾਂ ਵਿੱਚ ਕਿਉਂ ਨਹੀਂ ਆਪਣੇ ਬੱਚੇ ਨੂੰ ਕਹਿੰਦੇ ਪੁੱਤਰ ਪੰਜਾਬੀ ਨਹੀਂ ਬੋਲੇਗਾ ਤੇ ਅੱਜ ਤੈਨੂੰ ਰੋਟੀ ਕੋਈ ਨਹੀਂ ਮਿਲਣੀ, ਅੱਜ ਉਹ ਵਾਲੀ ਕੈਂਡੀ ਕੋਈ ਨਹੀਂ ਮਿਲਣੀ ਜਿਹੜੀ ਤੈਨੂੰ ਚੰਗੀ ਲੱਗਦੀ ਹੈ, ਤੇ ਬਰਗਰ ਤੇ ਭੁੱਲ ਹੀ ਜਾ। ਵੀ ਨੀਡ ਟੂ ਡੂ ਦੈਟ। ਜੇ ਅਸੀਂ ਇਹ ਗੁਜ਼ਾਰਿਸ਼ ਕਰੀਏ ਆਪਣੇ ਸਾਰੇ ਪਰਿਵਾਰਾਂ ਨੂੰ ਤਾਂ ਸਾਡੀ ਮਾਂ ਬੋਲੀ ਬਚੇਗੀ। ਦੇਖੋ ਦੂਜੀ ਗੱਲ, ਅਸੀਂ ਸਕ੍ਰਿਪਟ ਨੂੰ ਬਚਾ ਕੇ ਰੱਖਣਾ। ਜੇ ਅਸੀਂ ਲਿਪੀ ਨਹੀਂ ਬਚਾ ਕੇ ਰੱਖਾਂਗੇ, ਦੀਪਕ ਜਤਿਨ ਜੀ ਮੇਰੇ ਨਾਲ ਮੰਨਣਗੇ ਇਸ ਗੱਲ ਨੂੰ, ਜੇ ਲਿਪੀ ਸਾਡੀ ਰੋਮਨ ਵਿੱਚ ਹੀ ਚਲੀ ਗਈ ਤੇ ਉਹ ਉੜ ਜਾਣੀ ਹੈ ਹੌਲੀ ਹੌਲੀ, ਉੜੇ ਉੜੇ ਨੂੰ ਬਚਾ ਕੇ ਰੱਖਣਾ ਹੈ, ਲਿਪੀ ਚਲੀ ਜਾਣੀ ਹੈ। ਤੀਜੀ ਗੱਲ ਹੈ ਰੋਜ਼ਗਾਰ। ਜੇ ਪੰਜਾਬੀ ਬੋਲਣ ਵਾਲੇ ਰੋਜ਼ਗਾਰ ਨਹੀਂ ਪਾ ਸਕਣਗੇ ਤੇ ਉਹ ਕਾਹਨੂੰ ਪੰਜਾਬੀ ਪੜ੍ਹਨਗੇ, ਉਹ ਕਿਉਂ ਨਾ ਅੰਗਰੇਜ਼ੀ ਵਿੱਚ ਟਾਈ ਟਾਈ ਪੈ ਪੈ ਕਰਨਗੇ। ਮੈਂ ਵੀ ਅੰਗਰੇਜ਼ੀ ਦੀ ਪ੍ਰੋਫੈਸਰ ਰਹੀ ਹਾਂ, ਅੰਗਰੇਜ਼ੀ ਦੀ ਐਮ ਏ ਕੀਤੀ ਹੈ, ਪਰ ਮੈਂ ਉਰਦੂ ਦੀ ਕਿਤਾਬ ਲਿਖੀ ਵੀ ਹੈ ਅੰਗਰੇਜ਼ੀ ਦੇ ਨਾਲ, ਤੇ ਹੁਣ ਪੰਜਾਬੀ ਦੀਆਂ ਨਜ਼ਮਾਂ ਵੀ ਮੈਂ ਪੜ੍ਹਦੀ ਹਾਂ। ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਮੈਂ ਹੁਣ ਜੇ ਤੁਸੀਂ ਇਜਾਜ਼ਤ ਦਿਓ ਤੇ ਮੈਂ ਜੀ ਪੜ੍ਹਦੀ ਹਾਂ ਜਲਦੀ ਨਾਲ। ਸੋ ਦਿਸ ਇਜ਼ ਮਤਲਬ ਥੋੜ੍ਹਾ ਲਾਈਟ ਹਾਰਟਡ ਕਹਿ ਦਿੰਦੇ ਹਾਂ, ਨੋਸਟੈਲਜੀਆ ਵੀ ਕਹਿ ਦਿੰਦੇ ਹਾਂ, ਹੈ ਨਾ, ਕਿ ਸਾਡੇ ਦੋਹਾਂ ਦੀ ਮਾਂ ਤੇ ਇੱਕੋ ਹੈ। ਮਤਲਬ ਮੈਂ ਸਾਂਝੇ ਪੰਜਾਬ ਦੀ ਗੱਲ ਕਰ ਰਹੀ ਹਾਂ, ਸਾਡੇ ਦੋਹਾਂ ਦੀ ਤੇ ਕੈਰਨ ਹੋਰਾਂ ਦੀ ਵੀ ਮਾਂ ਇੱਕੋ ਹੀ ਹੈ, ਜਿਹੜਾ ਕਿ ਕੈਨੇਡਾ ਪੰਜਾਬ ਹੈ, ਹੈ ਨਾ। ਸਾਡੇ ਤਿੰਨਾਂ ਦੀ ਮਾਂ ਤੇ ਇੱਕੋ ਹੈ, ਉਹੀ ਰੀਤੀ ਰਿਵਾਜ਼, ਉਹੀ ਬੋਲੀ, ਘੜੇ ਘੜੋਲੀਆਂ, ਹੈ ਨਾ, ਗਾਗਰਾਂ ਛਨਕਣੇ ਤੇ ਵੇਲਣੇ, ਪਿੱਤਲੀਆਂ ਕਾਂਸੇ ਦੀਆਂ ਲਿਸ਼ਕਦੀਆਂ ਪਰਾਤਾਂ, ਸਲਮੇ ਸਿਤਾਰੇ ਗੋਟੇ ਕਿਨਾਰੀ ਵਾਲੇ ਦੁਪੱਟੇ ਤੇ ਘੱਗਰੀਆਂ, ਸੁਰਮਚੂ ਵਾਲੀਆਂ ਸੁਰਮੇਦਾਣੀਆਂ, ਸਾਂਝੇ ਚੁੱਲ੍ਹੇ ਤੇ ਤੰਦੂਰ ਵਾਲੀਆਂ ਕਰਾਰੀਆਂ ਕਰਾਰੀਆਂ ਰੋਟੀਆਂ, ਹਾਕੀ ਕ੍ਰਿਕਟ ਕਬੱਡੀ ਦੇ ਮੈਚ ਵੇਖ ਕੇ ਉੱਚੀ ਉੱਚੀ ਢੋਲ ਵਜਾਉਣੇ, ਫਿਲਮਾਂ ਵਿੱਚ ਆਈਟਮ ਸਾਂਭਦੇ ਆਉਂਦੇ ਆ ਸੀਟੀਆਂ ਵਜਾਉਣੀਆਂ, ਆਵਾਜ਼ ਸਿਨੇਮਾ ਵਿੱਚ ਗੂੰਜਣੀ, ਹਲਵਾ ਪੂਰੀ ਖੀਰ ਜਲੇਬੀ ਕੁਲਫੀ ਫਲੂਦਾ ਜਾਂ ਗਰਮਾ ਗਰਮ ਗੁਲਾਬ ਜਾਮੁਨ ਵੇਖ ਕੇ ਮੂੰਹ ਵਿੱਚ ਰਾਲ ਟਮਕਣੀ, ਤੇ ਲੋਟੇ ਵੇਲੇ ਮਾਈ ਆਣਾ ਤੇ ਮਨ ਪਕਾਵਾਂ ਕਣਕ ਦਾ, ਤੇ ਅੰਦਰ ਜਾਵਾਂ ਬਾਹਰ ਜਾਵਾਂ ਤੇ ਲਾਲ ਚੂੜਾ ਕਣਕ ਦਾ, ਅੰਬੀਆਂ ਦੇ ਮੌਸਮ ਵਿੱਚ ਕੋਇਲ ਦੀ ਬਾਰ ਬਾਰ ਪੁਕਾਰ, ਬੇਗਮ ਅਖਤਰ ਕੀ ਕਸਕ ਵਾਲੀ ਤਾਨ, ਕੋਇਲਿਆ ਮਤ ਕਰ ਪੁਕਾਰ, ਕਰੇਜਵਾ ਲਾਗੇ ਕਟਾਰ, ਇੱਕ ਹੀ ਜੈਸੀ ਹੂਕ ਤੋਂ ਉੱਠਤੀ ਹੈ ਕਾਂਟੇ ਵਾਲੀ ਤਾਰ ਕੀ ਦੋਨੋਂ ਤਰਫ, ਸਾਡੀ ਵਿਰਾਸਤ ਗਜ਼ਬ ਦੀ ਗੰਗਾ ਜਮਨੀ ਤਹਿਜ਼ੀਬ ਵਿੱਚ ਭਿੱਜੀ ਹੋਈ ਹੈ, ਕਿਤੇ ਸ਼ਾਹ ਹੁਸੈਨ ਦੀ ਕਾਫੀ ਬੋਲਾਨੀ ਆ, ਮਾਏ ਨੂੰ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ, ਹੈ ਨਾ, ਤੇ ਕਹੀਂ ਮਜਨੂੰ ਦੀ ਲੈਲਾ ਬਣ ਜਾਂਦੀ ਹਾਂ, ਕਹੀਂ ਮੈਂ ਮਿਰਜ਼ੇ ਦੀ ਸਾਹਿਬਾ, ਝੱਟ ਚੜਦੇ ਮਿਰਜ਼ੇ ਖਾਨ ਨੂੰ ਵੱਡੀ ਭਾਬੀ ਲੈਂਦੀ ਤਮ, ਮੈਂ ਕਦੇ ਨਾ ਦਿਓਰ ਵੰਗਾਰਿਆ ਕਦੇ ਨਾ ਆਇਓ ਕੰਮ, ਹੀ ਰਾਂਝੇ ਦੇ ਕਿੱਸੇ ਵੀ ਉਨੀ ਦਰਦ ਭਰੀ ਆਵਾਜ਼ ਨਾਲ ਬਾਰਡਰ ਦੇ ਦੋਨੋਂ ਪਾਸੇ ਅਜੇ ਵੀ ਗਾਏ ਜਾਂਦੇ ਨੇ, ਅਤੇ ਫਿਰ ਖੇਤੀ ਜਦੋਂ ਖਿੜਦੀ ਹੈ ਅਤੇ ਫਿਰ ਗੁਲਾਬੀ ਸੂਟ ਪਾ ਕੇ, ਅਤੇ ਜਦੋਂ ਮਣਕ ਨਾਲ ਜੱਟੀ ਚੱਲਦੀ ਹੈ, ਅਤੇ ਬੱਲੇ ਨਹੀਂ ਪੰਜਾਬ ਦੀ ਸ਼ੇਰ ਬੱਚੀਏ, ਸ਼ੀਸ਼ੇ ਵਾਂਗ ਸਾਫ ਸੁੱਚੀਏ ਅਤੇ ਸੱਚੀਏ, ਤਾਂ ਮੇਰੀ ਦੁਆ ਇਹੀ ਹੈ ਕਿ ਅਜਮੇਰ ਸ਼ਰੀਫ ਦੀ ਜ਼ਰਾ ਜ਼ਿਆਰਤ ਉਨੀ ਹੀ ਪੁਰਸਕੂਨ ਹੋਵੇ ਜਿੰਨੀ ਕਿ ਨਨਕਾਣਾ ਸਾਹਿਬ ਦੇ ਦਰਸ਼ਨ, ਕਿਉਂਕਿ ਏਕ ਨੂਰ ਤੇ ਸਭ ਜਗ ਜਾ, ਕੌਣ ਭਲੇ ਕੋ ਮੰਦੇ, ਤੇ ਕਹਿਣ ਨੂੰ ਤੇ ਸਾਡਾ ਤੁਹਾਡਾ ਦੋਨਾਂ ਦਾ ਰਿਸ਼ਤਾ ਕੋਈ ਨਹੀਂ, ਵੀ ਤੁਸੀਂ ਪਾਕਿਸਤਾਨੀ ਅਸੀਂ ਹਿੰਦੁਸਤਾਨੀ, ਲੇਕਿਨ ਹਮ ਦੋਨੋਂ ਕੀ ਮਾਂ ਤੋਂ ਏਕ ਹੀ ਹੈ ਨਾ, ਸਾਨੂੰ ਦੋਨਾਂ ਨੂੰ ਹੌਲੇ ਜੇ ਆ ਕੇ ਇੱਕ ਦਰਦ ਹੀ ਹੈ ਜੋ ਥਪਥਪਾ ਜਾਂਦੀ ਹੈ, ਹੈ ਨਾ, ਤੇ ਦਰਦ ਬੜ ਕਰ ਫੁਗਾ ਨਾ ਹੋ ਜਾਏ, ਰੋਕ ਲਓ ਭਾਈ, ਗੁਰਬਤ ਕੇ ਮਾਰੋ ਕੇ ਲਈ ਸਿਰਫ ਦੋ ਨਿਵਾਲੇ, ਦੋ ਗ੍ਰਾਹੀਆਂ ਦੀ ਤੇ ਮਾਰ ਹੈ ਨਾ ਗਰੀਬੀ ਵਿੱਚ, ਲੜਾਕੂ ਹਵਾਈ ਜਹਾਜ਼ਾਂ ਤੇ ਇਹ ਜਿਹੜੀਆਂ ਅਸੀਂ ਬੰਦੂਕਾਂ ਚਲਾਉਂਦੇ ਹਾਂ, ਇਹਨਾਂ ਨਾਲ ਕਦੀ ਢਿੱਡ ਦੀ ਅੱਗ ਮਰਦੀ ਹੈ,
एक खूबसूरत शहर की तलाश है, खुशनुमा रंग बिखेरती, खुशहाली की बरसात करती, क्यों ना आज रंजिशा नु दफनाइए, आओ खुलूस ते शीरी गीत गाइए, सुनहरी गंधम ते पीली सरों दे नाल नाल आज कल खेतां विच अमन दा बीज भी बोआ, अमन दा बीज बहुत अच्छा, बहुत अच्छे दीदी जी। उधरों जतिन जी गल समेटदे होए, जतिन जी मैं चाहना कि तुसी अपनी फूड़ी चो भी कोई शब्दां नाल साडी इस उड़ान, क्योंकि ये सैशन सांझे पंजाब दा सैशन जिथे एक मिलनी बनने बड़िया दोए है ना लहर दे चढ़दे पंजाब दी, उत्थे एक सैमीनार भी बन गया, उत्थे कवि दरबार भी बन गया, ते विच विच थोड़ा जिहा थिएटर भी मैनूं लभ गया। सो बहुत शुक्रिया। हुण मैं जतिन जी कन्नै, जतिन सिन्हा जी जो थोड़े मन च भाव आ रहे सांझे पंजाब दे। मैं चार लाइनां ਹਾਈ ਕੋਰਟ ਦੇ ਵਿੱਚ ਲਾਹੌਰ ਬਾਰ ਐਸੋਸੀਏਸ਼ਨ ਦੇ ਵਕੀਲ ਆਏ ਸੀ, ਬੜਾ ਖੈਰ ਮਕਦਮ ਹੋਇਆ, ਬੜੇ ਲੋਕ ਜਜ਼ਬਾਤੀ ਹੋਏ, ਬੜੀ ਖਾਤਰਦਾਰੀ ਕੀਤੀ। ਉੱਥੇ ਮੈਂ ਇੱਕ ਨਜ਼ਮ ਲਿਖੀ ਸੀ, ਮੈਂ ਉਹਦੇ 'ਚੋਂ ਚਾਰ ਲਾਈਨਾਂ ਸਿਰਫ ਸੁਣਾਉਂਦਾ, ਉਹਦੇ 'ਚੋਂ ਸਿਰਫ ਚਾਰ ਲਾਈਨਾਂ ਹੀ ਸੁਣਾਵਾਂਗਾ। ਉਹਦੇ 'ਚ ਇਹ ਹੈ ਵੀ ਉਹਨਾਂ ਨੂੰ ਦੱਸਿਆ ਵੀ ਆਪਣਾ ਰਿਸ਼ਤਾ ਕੀ ਹੈ। ਆਪਕੀ ਵਾਲਦਾ आपकी वालदा मेरी मौसी थी, मौसी थी मेरी बुआ थी। आपका अबू मेरा मामा था, मेरा चाचा था। आपकी ईदगाहों में मेरे रिश्ते दफन हैं, आपकी ईदगाहों में मेरे रिश्ते दफन हैं। हमारी शमशानों में आपके रिश्तों की चिताएं जली थी। एक रिश्ता ए मरासम आज भी जिंदा है, एक रिश्ता ए मरासम आज भी जिंदा है, मिलके क्यों ना उसकी परवरिश करें। बहुत अच्छे, बहुत अच्छे। मैं पूरी ऐसा भी हिंदी गाना आता है कि जो भी प्यार से मिला सो मेरे ये जड़ी गजल है। जेड़ा बंदा मेरी कोई बीमारी च भी मेरी खबर लैन आंदा, मैनूं उहदे नाल इश्क हो जांदा, पता सानूं थोड़ा इश्क असीं भी हंडा प्यार हो जांदा। तो वह ये है भी मेरे ख्यालां दे लोकी जद ਹਿਜਰ ਦੇ ਬਾਗੀ ਆਉਂਦੇ ਨੇ, ਆਉਂਦੇ ਨੇ ਮੇਰੀ ਸਾਰ ਲੈਣ ਨੂੰ, ਆਉਂਦੇ ਨੇ ਮੇਰੀ ਸਾਰ ਲੈਣ ਨੂੰ, ਉਮਰੀ ਰੋਗ ਬਣ ਤੁਰ ਜਾਂਦੇ ਨੇ। ਇਸ਼ਕ ਦੇ ਤੱਤੇ ਫੋੜੇ ਨੂੰ, ਇਸ਼ਕ ਦੇ ਤੱਤੇ ਫੋੜੇ ਨੂੰ ਪਈ ਪੀਕ ਤਜਾਬੀ ਹਿਜਰਾਂ ਦੀ, ਖੌਰੇ ਕੱਦ ਮੇਰੇ ਇਸ਼ਕ ਤਬੀਬੀ ਆ ਵਸਲਾਂ ਦਾ ਚੀਰਾ ਦਿੰਦੇ ਨੇ। ਵਾਸਤੇ ਪਾਵਾਂ ਫੱਟ ਚੰਦਰੇ ਨੂੰ, ਵਾਸਤੇ ਪਾਵਾਂ ਫੱਟ ਚੰਦਰੇ ਨੂੰ, ਖਰੀਂਡਾਂ ਦੇ ਘੁੰਡ ਨਾ ਲਾਵੀ, ਵਾਸਤੇ ਪਾਵਾਂ ਫੱਟ ਚੰਦਰੇ ਨੂੰ, ਖਰੀਂਡਾਂ ਦੇ ਘੁੰਡ ਨਾ ਲਾਵੀ, ਕਲ ਯੁਗੀ ਸ਼ੋਦੇ ਭੌਰ ਕਮੀਨੇ ਸੂਲਾਂ ਤੱਕ ਨੂੰ ਚੱਟ ਜਾਂਦੇ, ਕਲਯੁਗੀ ਛੋਦੇ ਭੌਰ ਕਮੀਨੇ ਸੂਲਾਂ ਤੱਕ ਨੂੰ ਚੜ ਜਾਂਦੇ ਨੇ। ਸਿਦਕ ਹੋਵੇ ਤਾਂ ਸਹੀਏ ਸਹੀਏ, ਸਿਦਕ ਹੋਵੇ ਤਾਂ ਸਹੀਏ ਸਹੀਏ, ਜ਼ਖਮ ਵੀ ਖੁਸ਼ੀਆਂ ਵੰਡਦੇ ਨੇ,
ਸਿਦਕ ਹੋਵੇ ਤਾਂ ਸਹੀਏ ਸਹੀਏ ਜ਼ਖਮ ਵੀ ਖੁਸ਼ੀਆਂ ਬਣਦੇ ਨੇ, ਵਕਤ ਪਿਆ ਉਮਰਾਂ ਦੇ ਰੋਗੀ ਆਪ ਤਬੀਬ ਬਣ ਜਾਂਦੇ। ਸੱਜਣ ਜੀ ਮੈਂ ਜਾਣ ਲਿਆ ਕਿ ਗਮ ਰਾਖਾ ਹੈ ਖੁਸ਼ੀਆਂ ਦਾ। ਸੱਜਣ ਜੀ ਮੈਂ ਜਾਣ ਲਿਆ ਗਮ ਰਾਖਾ ਹੈ ਖੁਸ਼ੀਆਂ ਦਾ, ਵਰਨਾ ਕਿਉਂ ਬਾਗਾਂ ਦੇ ਚਾਰ ਚੁਫੇਰੇ ਲੋਕੀ ਠੂਰਾਂ ਲਾਉਂਦੇ ਨੇ। ਮਤਾ ਜੀ ਪਤਾ ਕਰੋ, ਪਤਾ ਕਰੋ ਖਾਂ ਅੱਜ ਕਿਧਰੇ, ਪਤਾ ਕਰੋ ਖਾਂ ਅੱਜ ਕਿਧਰੇ, ਮਰ ਜਾਣਾ ਜਤਨ ਤਾਂ ਨਹੀਂ ਮਰਿਆ। ਪਤਾ ਕਰੋ ਅੱਜ ਕਿਧਰੇ, ਪਤਾ ਕਰੋ ਖਾਂ ਅੱਜ ਕਿਧਰੇ, ਮਰ ਜਾਣਾ ਜਤਨ ਤਾਂ ਨਹੀਂ ਮਰਿਆ, ਵਰਨਾ ਕਿਉਂ ਸ਼ਮਸ਼ਾਨਾਂ ਵੱਲੋਂ ਲੋਕੀ ਵਰਨਾ ਕਿਉਂ ਸ਼ਮਸ਼ਾਨਾਂ ਬਹੁਤ ਸ਼ੁਕਰੀਆ ਜਤਿਨ ਸਲਮਾਨ ਜੀ, ਦਿੱਲੀ ਸਵਰਨ ਜੀ, ਦੋਵਾਂ ਨੇ ਸਾਂਝੇ ਪੰਜਾਬ ਦੀ ਬਾਤ ਪਾਈ, ਔਰ ਐਮੀ ਸਿੰਘ ਲਾਹੌਰ ਦਾ ਖਾਸ ਧੰਨਵਾਦ, ਜਿਹਨੇ ਲਾਹੌਰ ਘੁਮਾਇਆ। ਸੋ ਮੈਂ ਆਪਣੀ ਇੱਕ ਨਜ਼ਮ ਦੀ ਇੱਕ ਸਤਰ ਦੇ ਨਾਲ ਇਹ ਸੈਸ਼ਨ ਦੀ ਅਸੀਂ ਅੱਗੇ ਵਧਾਂਗੇ। ਸੋ ਮੈਂ ਦੋਵੇਂ ਪੰਜਾਬਾਂ ਵੱਲੋਂ ਆਪਣੀ ਕਲਮ ਦੀ ਇੱਕ ਗੱਲ ਸਾਂਝੀ ਕਰ ਰਿਹਾ ਕਿ ਉਹ ਰੁੱਖਾਂ ਵਾਂਗ ਮਕਾਉਣਾ ਚਾਹੁੰਦੇ ਪੰਜਾਬੀ ਨੂੰ, ਉਹ ਰੁੱਖਾਂ ਵਾਂਗ ਮਕਾਉਣਾ ਚਾਹੁੰਦੇ ਪੰਜਾਬੀ ਨੂੰ, ਮੈਂ ਬੀਜ ਬਣ ਉਗਾਵਾਂ ਗਾ ਪੰਜਾਬੀ ਨੂੰ, ਉਹ ਦੀਵੇ ਵਾਂਗ ਬੁਝਾਉਣਾ ਚਾਹੁੰਦੇ ਪੰਜਾਬੀ ਨੂੰ, ਮੈਂ ਲਾਟ ਬਣ ਰੁਸ਼ਨਾਵਾਂ ਗਾ ਪੰਜਾਬੀ ਨੂੰ, ਮਾਂ ਬੋਲੀ ਦੇ ਕਰਜ਼ ਬੜੇ ਨੇ ਮੇਰੇ ਸਿਰ, ਮੈਂ ਪੁੱਤ ਬਣ ਸੰਭਾਲਾਂ ਗਾ ਪੰਜਾਬੀ ਨੂੰ, ਮੈਂ ਪੁੱਤ ਬਣ ਸੰਭਾਲਾਂ ਗਾ ਪੰਜਾਬੀ ਨੂੰ। ਬਹੁਤ ਬਹੁਤ ਸ਼ੁਕਰੀਆ ਜੀ, ਤਾੜੀ ਮਾਰ ਦਿਓ ਚਾਰੇ ਕਵੀਆਂ ਲਈ। ਪਹਿਲੀ ਵਾਰ 2020 ਮੇ ਐਮੀ ਵਾਸ ਦ ਫਸਟ ਪਰਫਾਰਮਰ ਫਾਰ